ਕਿ ਵੀ ਅੱਛੀ ਪਲੈਨਿੰਗ ਦੇ ਨਾਲ ਅੱਛੀਆਂ ਸੜਕਾਂ, ਫਿਰ ਸੜਕਾਂ ਵੀ ਜਿਹੜੀਆਂ ਬਣਾਈਆਂ ਉਹ ਇੱਦਾਂ ਲੱਗਦਾ ਕਿ ਵੀ ਜਿੱਦਾਂ ਸਪੀਡ ਬ੍ਰੇਕਰ ਦੇ ਉੱਤੇ ਆਦਮੀ ਚੱਲ ਰਿਹਾ ਹੁੰਦਾ ਨਾ, ਜ਼ਿਗ-ਜ਼ੈਗ ਕਰਕੇ, ਸਮੂਥ ਰੋਡ ਹੀ ਨਹੀਂ ਹੈਗੀਆਂ ਜਿਹੜੀਆਂ ਬਣਾ ਵੀ ਰਹੇ ਹੋ ਵੀ ਫਾਰਮੈਲਿਟੀ ਸੇ, ਮੈਂ ਕਹਿੰਦਾ ਵੀ ਸੜਕ ਨਹੀਂ ਬਣਾ ਰਹੇ, ਸਿਰਫ ਸੜਕਾਂ ਕਾਲੀਆਂ ਕਰ ਰਹੇ। ਲੋਕ ਸਭਾ ਚੋਣਾਂ ਦੇ ਚਲਦੇ ਹਰ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਨਵੇਂ ਚਿਹਰੇ ਪਾਰਟੀ ਦੇ ਵਿੱਚ ਸ਼ਾਮਲ ਕਰ ਰਹੀ ਹੈ। ਇਸੇ ਕੜੀ ਦੇ ਚਲਦੇ ਪਠਾਨਕੋਟ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਕੌਂਸਲਰ ਯੋਗੇਸ਼ ਠਾਕੁਰ ਨੇ ਮੌਜੂਦਾ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਅਮਿਤ ਵਿਜ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਹੀ ਵੋਟਾਂ ਪਾਉਂਦੇ ਨੇ ਜਿਹੜੇ ਕੰਮ ਕਰਦੇ ਨੇ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਸਭਾ ਚੋਣਾਂ ਦੇ ਚਲਦੇ ਪਠਾਨਕੋਟ ਦੇ ਵਿੱਚ ਸਰਕਾਰੀ ਧਨ ਦਾ ਦੁਰਉਪਯੋਗ ਕੀਤਾ ਜਾ ਰਿਹਾ ਅਤੇ ਸੜਕਾਂ ਦਾ ਨਿਰਮਾਣ ਕਾਰਜ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਦੀ ਨੀਅਤ ਇੰਨੀ ਸਾਫ਼ ਸੀ ਤਾਂ ਕੀ ਗੱਲ ਉਹ 2.5 ਸਾਲਾਂ ਤੋਂ ਸੋਹਰੇ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸੜਕਾਂ ਕਿਉਂ ਨਹੀਂ ਬਣਾਈਆਂ ਗਈਆਂ, ਹੁਣ ਜੇ ਸੜਕਾਂ ਬਣਾਈਆਂ ਜਾ ਰਹੀਆਂ ਨੇ ਉਹ ਸਿਰਫ ਦਿਖਾਵੇ ਦੇ ਲਈ ਕਾਲੀਆਂ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਜਿਸ ਦਾ ਬਦਲਾ ਉਹ ਲੋਕ ਸਭਾ ਚੋਣਾਂ ਦੇ ਵਿੱਚ ਲੈਣਗੇ। ਜਿਹੜੀ ਹੈ ਸਾਡੇ ਸ਼ਹਿਰ ਦੇ ਵਿੱਚ ਗੰਦੀ ਰਾਜਨੀਤੀ ਹੋ ਰਹੀ ਹੈ ਅਤੇ ਮੈਂ ਤਾਂ ਕਹਾਂਗਾ ਵੀ ਹੁਣ ਜਿਹੜੇ ਡਿਵੈਲਪਮੈਂਟ ਦੇ ਕੰਮ ਲਾਸਟ ਮੂਵਮੈਂਟ ਉੱਤੇ ਕਰਾ ਰਹੇ ਆ, ਜੇ ਕਿਤੇ ਵੈਲ ਪਲੈਨਿੰਗ ਦੇ ਨਾਲ ਕੀਤੇ ਹੁੰਦੇ, ਨਾ ਕਿ ਸਿਰਫ ਵੋਟ ਦੀ ਰਾਜਨੀਤੀ ਵਾਸਤੇ, ਵੋਟ ਗੇਨ ਕਰਨ ਵਾਸਤੇ। 2.5 ਸਾਲ ਦਾ ਟਾਈਮ ਹੋ ਗਿਆ ਸਾਡੇ MLA ਨੂੰ ਬਣੇ ਦੇ, ਅਤੇ ਜੇ ਨੀਅਤ ਅੱਛੀ ਹੁੰਦੀ ਅਤੇ ਨੀਤੀ ਅੱਛੀ ਹੁੰਦੀ ਅਤੇ ਅੱਜ ਇਸ ਤਰ੍ਹਾਂ ਦੀ ਜਿਹੜੇ ਹੈ ਹਸਲ ਬਸਲ ਨਾ ਹੁੰਦੀ, ਕਿ ਲੋਕਾਂ ਨੂੰ ਇਹ ਸਮਝਦੇ ਆ ਕਿ ਵੀ ਇਹ ਕੋਈ ਪ੍ਰਾਈਵੇਟ ਲਿਮਿਟਡ ਕੰਪਨੀ ਥੋੜ੍ਹੀ ਹੈ ਜਿੱਥੇ ਲਾਈਨਿੰਗ ਹੋ ਜਾਣੀ ਹੈ, ਇੱਥੇ ਤਾਂ ਕਰਮਾਂ ਦੀ ਲਾਈਨਿੰਗ ਹੋਣੀ ਹੈ। ਜਿਹਦੇ ਕਰਮ ਅੱਛੇ ਕੀਤੇ ਹੋਣਗੇ ਅਤੇ ਤਾਂ ਹੀ ਵੋਟਾਂ ਮਿਲਣੀਆਂ ਲੋਕਾਂ ਕੋਲੋਂ। ਅਤੇ ਜਿਹੜੀ ਇਹ ਸੜਕਾਂ, ਜਿਹੜੀ ਇਹ ਰਾਤ ਹਨੇਰੀ ਤੂਫਾਨ ਚੱਲ ਰਿਹਾ ਹੁੰਦਾ ਸੜਕਾਂ ਬਣਾ ਦਿੰਦੇ ਆ, ਅਤੇ ਕੂੜੇ ਦੇ ਢੇਰ ਲੱਗੇ ਦੇ ਉਹਦੇ 'ਤੇ ਸੜਕਾਂ ਬਣ ਰਹੀਆਂ, ਅਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਸਟ ਮੂਮੈਂਟ ਦੇ ਉੱਤੇ। ਜੇ ਕਰਮ ਐਡੇ ਵਧੀਆ ਹੁੰਦੇ ਅਤੇ ਇੰਨੇ ਪਰੇਸ਼ਾਨ ਨਾ ਹੁੰਦੇ, ਉਹਦਾ ਜਿਹੜਾ ਹੈ ਖਮਿਆਜਾ ਜਿਹੜਾ ਇਹਨਾਂ ਨੂੰ 2019 ਦੇ ਜਿਹੜੇ ਇਲੈਕਸ਼ਨ ਹੈ, ਜਿਹੜੇ 19 ਮਈ ਨੂੰ ਵੋਟਾਂ ਪੈਣੀਆਂ, ਉਹਦੇ ਵਿੱਚ ਭੁਗਤਣਗੇ। ਮੈਂ ਤਾਂ ਪਹਿਲੇ ਵੀ ਕਿਹਾ ਭੁਗਤਣਗੇ, ਅਤੇ ਹੁਣ ਵੀ ਕਹਿ ਰਿਹਾ ਵੀ ਉਹ ਭੁਗਤਣਗੇ 2019 ਦੇ ਵਿੱਚ ਖਮਿਆਜਾ ਭੁਗਤਣਗੇ। ਉਹ ਜਿਹੜੀ ਥੱਪੜ ਦੀ ਗੂੰਜ ਹੈ ਉਹ 2022 ਤੱਕ ਜਿਹੜੀ ਹੈ ਸੁਣਾਈ ਦੇਣੀ ਹੈ ਇਹਨਾਂ ਨੂੰ। ਇਹ ਜਿਹੜੀ ਇਲੈਕਸ਼ਨਾਂ ਦੇ ਵਿੱਚ ਸਾਡੀ ਜਨਤਾ ਨੇ, ਜਿਹੜੀ ਪਠਾਨਕੋਟ ਦੀ ਜਨਤਾ ਨੇ ਜਿਹੜਾ ਇਹਨਾਂ ਨੂੰ ਜਵਾਬ ਦੇਣਾ। ਪਤਾ ਲੱਗਾ ਕਿ ਵੀ ਇੰਨੀ ਜਲਦਬਾਜ਼ੀ ਦੇ ਵਿੱਚ, ਇੰਨੇ ਅਨਪਲੈਨਡ ਵੇ ਦੇ ਵਿੱਚ ਲੋਕਾਂ ਦਾ ਜਿਹੜਾ, ਸਾਡੇ ਲੋਕਾਂ ਦਾ ਟੈਕਸ ਜਿਹੜਾ ਦਿੱਤੇ ਦਾ ਪੈਸਾ ਹੈ ਉਹ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਲੱਗਦਾ। ਐਡੀ ਜਲਦਬਾਜ਼ੀ ਦੇ ਵਿੱਚ ਸੜਕਾਂ ਬਣਾ ਰਹੇ ਹੈ ਕਿ ਵੀ ਉਹ ਜਿਹੜੀ ਡਰੇਨੇਜ ਹੈ ਉਹ ਬਾਅਦ ਦੇ ਵਿੱਚ ਬਣਾ ਰਹੇ ਹੈ, ਪਹਿਲੇ ਸੜਕ ਨਵੀਂ ਬਣਾ ਰਹੇ ਹੈ ਫਿਰ ਉਹਨਾਂ ਨੂੰ ਤੋੜ ਰਹੇ ਹੈ। ਇੰਨੀ ਕਾਹਲੀ ਕਿਉਂ, ਜਨਤਾ ਦਾ ਪੈਸਾ ਜਿਹੜਾ ਹੈ ਉਹਦੀ ਬਰਬਾਦੀ ਕਿਉਂ ਕੀਤੀ ਜਾ ਰਹੀ ਹੈ? ਮੈਨੂੰ ਤਾਂ ਇਹ ਸਮਝ ਤੋਂ ਪਰੇ ਹੈ ਕਿ ਵੀ ਅੱਛੀ ਪਲੈਨਿੰਗ ਦੇ ਨਾਲ ਅੱਛੀਆਂ ਸੜਕਾਂ, ਫਿਰ ਸੜਕਾਂ ਵੀ ਜਿਹੜੀਆਂ ਬਣਾਈਆਂ ਉਹ ਇੱਦਾਂ ਲੱਗਦਾ ਕਿ ਵੀ ਜਿੱਦਾਂ ਸਪੀਡ ਬ੍ਰੇਕਰ ਦੇ ਉੱਤੇ ਆਦਮੀ ਚੱਲ ਰਿਹਾ ਹੁੰਦਾ ਨਾ, ਜ਼ਿਗ-ਜ਼ੈਗ ਕਰਕੇ, ਸਮੂਥ ਰੋਡ ਹੀ ਨਹੀਂ ਹੈਗੀਆਂ ਜਿਹੜੀਆਂ ਬਣਾ ਵੀ ਰਹੇ ਹੋ ਵੀ ਫਾਰਮੈਲਿਟੀ ਸੇ, ਮੈਂ ਕਹਿੰਦਾ ਵੀ ਸੜਕ ਨਹੀਂ ਬਣਾ ਰਹੇ, ਸਿਰਫ ਸੜਕਾਂ ਕਾਲੀਆਂ ਕਰ ਰਹੇ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।